ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਇੱਥੇ ਕਾਫੀ ਲੋਕੀ ਇਕੱਠੇ ਹੋਏ ਹੋਏ ਹੈ ਤੇ ਇੱਥੇ ਪ੍ਰਦਰਸ਼ਨ ਕਰਦੇ ਪਏ ਹੈ ਸਿਰਫ ਇਨਸਾਫ ਲੈਣ ਲਈ ਕਿ ਜਿਹੜੇ ਪਸ਼ੂ ਹੈਗੇ ਇਹਨਾਂ ਨੂੰ ਵੀ ਇਨਸਾਫ ਦਿੱਤਾ ਜਾਵੇ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਪੂਰਾ ਹੀ ਮਤਲਬ ਸਾਰਾ ਕਰਾਊਡ ਇਕੱਠਾ ਹੋਇਆ ਪਿਆ ਤੇ ਮੇਅਰ ਦੇ ਘਰ ਦੇ ਬਾਹਰ ਸਾਰੇ ਚੱਲੇ ਨੇ ਸਰ ਅੱਜ ਤੁਸੀਂ ਇੱਥੇ ਪ੍ਰਦਰਸ਼ਨ ਕਰਦੇ ਪਏ ਹੋ ਜੋ ਸਰਕਾਰ ਤੋਂ ਕੀ ਮੰਗ ਰੱਖਦੇ ਹੋ ਸਰਕਾਰ ਤੋਂ ਜੀ ਇਹੋ ਹੀ ਮੰਗ ਰੱਖਦੇ ਹਾਂ ਕਿ ਘੱਟੋ ਘੱਟ ਜੇ ਆਪਣੀ ਜੇਬ 'ਚੋਂ ਤੁਸੀਂ ਗਊ ਮਾਤਾ ਦੇ ਰੱਖ ਰਖਾਵ ਵਾਸਤੇ ਕੁਛ ਨਹੀਂ ਦੇਣਾ ਘੱਟੋ ਘੱਟ ਇੰਨੀ ਸ਼ਰਮ ਕਰ ਲਓ ਕਿ ਜਿਹੜਾ ਗਊ ਮਾਤਾ ਦੇ ਨਾਂ 'ਤੇ ਕਾਓ ਸੈਸ ਲੈਂਦੇ ਹੋ ਘੱਟੋ ਘੱਟ ਉਹ ਤਾਂ ਸਹੀ ਕੰਮ 'ਤੇ ਲਾ ਦਿਓ ਅੱਜ ਸਾਡਾ ਹਿੰਦੂ ਸਮਾਜ ਗਊ ਮਾਤਾ ਨੂੰ ਪਿਆਰ ਕਰਨ ਵਾਲੇ ਅਸੀਂ ਲੋਕ ਅੱਜ ਤੋਂ ਲਗਭਗ 6 ਮਹੀਨੇ ਪਹਿਲਾਂ ਕਾਂਗਰਸ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਦੀ ਕੋਠੀ ਘੇਰੀ ਸੀ ਉਦੋਂ ਵੀ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਇਹੀ ਕਿਹਾ ਸੀ ਔਰ ਕਾਰਪੋਰੇਸ਼ਨ ਨੇ ਜ਼ਰੂਰ ਸਾਨੂੰ ਉਦੋਂ ਭਰੋਸਾ ਦਵਾਇਆ ਸੀ ਕਿ 50 ਦਿਨ ਦੇ ਅੰਦਰ ਅੰਦਰ ਇਹ ਮਸਲਾ ਹੱਲ ਹੋ ਜੂਗਾ ਲੇਕਿਨ ਕਹਿਣ ਤੋਂ ਭਾਵ ਇਹੋ ਹੀ ਆ ਕਿ ਇਸ ਸਮਾਜ ਦੇ ਅੰਦਰ ਇਸ ਦੇਸ਼ ਦੇ ਅੰਦਰ ਇੱਕ ਬੜੀ ਵੱਡੀ ਪ੍ਰਥਾ ਚੱਲ ਗਈ ਆ ਕਿ ਬਿਨਾਂ ਧਰਨਿਆਂ ਤੋਂ ਬਿਨਾਂ ਜਿਹੜਾ ਸੰਘਰਸ਼ ਤੋਂ ਕੋਈ ਵੀ ਮਸਲਾ ਨਹੀਂ ਹੱਲ ਹੁੰਦਾ ਅੱਜ 200 ਦਿਨ 6 ਮਹੀਨੇ 50 ਦੇ ਵੀ 100 ਦਿਨ ਹੋ ਗਏ ਇਹ ਉਹੀ ਗੱਲ ਹੋ ਗਈ ਜਿਵੇਂ ਮੋਦੀ ਨੇ ਕਿਹਾ ਸੀ ਕਿ ਮੈਂ ਜੇ ਨਹੀਂ ਕੰਮ ਕਰੂੰਗਾ ਮੈਨੂੰ ਚੌਂਕ 'ਚ ਖਿਲਾ ਕੇ 50 ਦਿਨਾਂ ਬਾਅਦ ਅੱਗ ਲਾ ਦਿਓ ਉਦਾਂ ਦੇ ਝੂਠੇ ਲਾਰੇ ਸਾਨੂੰ ਲਾਏ ਗਏ ਸਾਡਾ ਇਹਦੇ 'ਚ ਪਰਸਨਲ ਹਿੱਤ ਕੋਈ ਨਹੀਂ ਹੈਗਾ ਅਸੀਂ ਸਾਰੇ ਸਮਾਜ ਨੂੰ ਪਿਆਰ ਕਰਨ ਵਾਲੇ ਲੋਕ ਹਾਂ ਅਸੀਂ ਸਾਰੇ ਗਊ ਮਾਤਾ ਨੂੰ ਪਿਆਰ ਕਰਨ ਵਾਲੇ ਲੋਕ ਹਾਂ ਅਸੀਂ ਸਿਰਫ ਇੱਕ ਹੀ ਮੰਗ ਕਰਦੇ ਹਾਂ ਕਿ ਇਹ ਸਰਕਾਰਾਂ ਆਪਣੀ ਜੇਬ 'ਚੋਂ ਚਾਹੇ ਕੁਛ ਲਾਉਣ ਨਾ ਲਾਉਣ ਲੇਕਿਨ ਗਊ ਮਾਤਾ ਦੇ ਨਾਂ 'ਤੇ ਜਿਹੜਾ ਕਾਓ ਸੈਸ ਹਰ ਇੱਕ ਚੀਜ਼ ਉੱਤੇ ਲਾਇਆ ਜਾਂਦਾ ਘੱਟੋ ਘੱਟ ਉਹਦਾ ਹਿਸਾਬ ਇਹਨਾਂ ਜਿਹੜੇ ਸਾਡੇ ਪਸ਼ੂ ਪ੍ਰੇਮੀ ਆ ਜਿਹੜੇ ਗਊ ਮਾਤਾ ਦੇ ਜਿਹੜੇ ਭਗਤ ਆ ਅਸੀਂ ਉਹਨਾਂ ਦੇ ਅਨੁਆਈ ਹਾਂ ਉਹਨਾਂ ਨੂੰ ਜ਼ਰੂਰ ਦੇਣ ਸਾਡੀ ਅਗਵਾਈ ਡਾਕਟਰ ਰੋਹਣ ਮਹਿਰਾ ਜੀ ਕਰ ਰਹੇ ਨੇ ਇਹ ਸਮਾਜ ਦੇ ਅੰਦਰ ਉਹ ਲੋਕ ਨੇ ਜਿਹੜੇ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਸਵਾਰਥ ਤੋਂ ਆਪਣੀ ਟੀਮ ਦੇ ਨਾਲ ਸਮੁੱਚੀ ਟੀਮ ਖੜੀ ਆ ਉਹਨਾਂ ਦੀ ਇਹ ਆਪਣੀ ਟੀਮ ਦੇ ਨਾਲ ਜਿਹੜਾ ਇਨਸਾਫ ਲੈਣ ਲਈ ਅੱਜ ਮੇਅਰ ਰਿੰਟੂ ਜੀ ਦੀ ਕੋਠੀ ਦੇ ਬਾਹਰ ਆਏ ਹਾਂ ਅਸੀਂ ਸਰ ਅੱਜ ਤੁਸੀਂ ਜਿੱਦਾਂ ਜਿੱਦਾਂ ਪ੍ਰਦਰਸ਼ਨ ਕਰਦੇ ਪਏ ਹੋ ਇੱਥੇ ਤੇ ਤੁਸੀਂ ਸਰਕਾਰ ਤੋਂ ਕੀ ਮੰਗ ਰੱਖਣਾ ਚਾਹੋਗੇ ਹੁਣ ਮੈਡਮ ਸਾਡੀ ਸ਼ੁਰੂ ਤੋਂ ਇੱਕੋ ਮੰਗ ਰਹੀ ਹੈ 2016 ਦੇ ਵਿੱਚ ਬੀਜੇਪੀ ਸਰਕਾਰ ਨੇ ਕਾਓ ਸੈਸ ਜਿਹੜਾ ਸ਼ੁਰੂ ਕਰਾਇਆ ਸੀ ਜੋ ਦੀ ਕਾਂਗਰਸ ਸਰਕਾਰ ਆਈ ਹੈ ਕਾਓ ਸੈਸ ਤੇ ਇਕੱਠਾ ਹੋ ਰਿਹਾ ਵਾ ਲੇਕਿਨ ਜਿਹੜਾ ਗਊਆਂ 'ਤੇ ਲੱਗ ਨਹੀਂ ਰਿਹਾ ਅਸੀਂ ਸਾਨੂੰ ਸਾਰਿਆਂ ਨੂੰ ਇੱਕ ਜਾਣਕਾਰੀ ਹੋਣੀ ਚਾਹੀਦੀ ਹੈ ਵੀ 8 ਜਾਂ 9 ਡਿਪਾਰਟਮੈਂਟ ਜਿਹੜਾ ਪਬਲਿਕ ਵੱਲੋਂ ਕਾਓ ਸੈਸ ਲੈ ਰਹੇ ਨੇ ਤੁਸੀਂ ਦੇਖੋ ਗਊਆਂ ਸੜਕਾਂ 'ਤੇ ਅੱਜ ਵੀ ਨੇ ਸਿਰਫ ਇੱਕ ਇਹਨਾਂ ਨੇ ਜਿਹੜੀ ਇੰਡੀਆ ਗੇਟ ਦੇ ਕੋਲ ਜਿਹੜੀ ਗਊਸ਼ਾਲਾ ਉਹ ਲੋਕਾਂ ਨੂੰ ਦਿਖਾਉਣ ਵਾਸਤੇ ਖੋਲ੍ਹ ਦਿੱਤੀ ਹੈ ਬਟ ਉਹ 'ਚ ਸਾਰੇ ਸ਼ਹਿਰ ਦੀਆਂ ਗਊਆਂ ਨਹੀਂ ਆ ਸਕਦੀਆਂ ਸਾਰੇ ਹਲਕਿਆਂ ਦੇ ਵਿੱਚ ਵੱਡੀ ਤੋਂ ਵੱਡੀ ਗਊਸ਼ਾਲਾ ਘੱਟੋ ਘੱਟ 2 ਜਾਂ 3-3 ਗਊਸ਼ਾਲਾ ਖੁੱਲ੍ਹਣਗੀਆਂ ਅਤੇ ਇਸ ਚੀਜ਼ ਦਾ ਮਸਲੇ ਦਾ ਹੱਲ ਹੋਏਗਾ ਅਦਰਵਾਈਜ਼ ਇਸ ਚੀਜ਼ ਦਾ ਹੱਲ ਨਹੀਂ ਹੋ ਸਕਦਾ ਫਰਦਰ ਪਲਾਨ ਕੀ ਹੈਗੇ ਤੁਹਾਡੇ ਕਾਓ ਸੈਸ ਨੂੰ ਲੈ ਕੇ ਮੈਡਮ ਕਾਓ ਸੈਸ ਨੂੰ ਲਾ ਕੇ ਸਾਡੇ ਫਰਦਰ ਪਲਾਨ ਇਹੀ ਨੇ ਕਿ ਜਿੰਨੀ ਦੇਰ ਤੱਕ ਕਾਰਪੋਰੇਸ਼ਨ ਸਾਡੇ ਨਾਲ ਸੰਯੋਗ ਨਹੀਂ ਕਰਦੀ ਪਬਲਿਕ ਦੇ ਨਾਲ ਸੰਯੋਗ ਨਹੀਂ ਕਰਦੀ ਸਾਨੂੰ ਇੱਕ ਇੱਕ ਚੀਜ਼ ਦੀ ਟ੍ਰਾਂਸਪੇਰੈਂਸੀ ਚਾਹੀਦੀ ਹੈ ਕਿਉਂਕਿ ਕਾਓ ਸੈਸ ਜਿਹੜਾ ਵਾ ਗਊ ਮਾਤਾ ਦੇ ਨਾਮ 'ਤੇ ਲਿੱਤਾ ਜਾ ਰਿਹਾ ਵਾ ਬੇਜ਼ੁਬਾਨ ਜਾਨਵਰਾਂ ਦੇ ਨਾਮ 'ਤੇ ਲਿੱਤਾ ਜਾ ਰਿਹਾ ਵਾ ਜੇ ਉਹ ਜਾਨਵਰਾਂ 'ਤੇ ਨਹੀਂ ਲੱਗੇਗਾ ਤਾਂ ਇਸੇ ਤਰ੍ਹਾਂ ਹੀ ਅਸੀਂ ਆਉਂਦੇ ਰਹਾਂਗੇ ਅਤੇ ਤੁਸੀਂ ਹੁਣ ਇੰਨੀ ਪਾਵਰ ਮਤਲਬ ਦਿਖਾ ਸਕੋਗੇ ਕਿ ਤੁਹਾਡਾ ਜਿਹੜਾ ਕਾਓ ਸੈਸ ਦਾ ਪ੍ਰੋਸੈਸ ਹੈ ਕੰਪਲੀਟ ਹੋ ਜਾਏ ਪ੍ਰੋਪਰ ਮੈਡਮ ਬਿਲਕੁਲ ਪਾਵਰ ਜਿਹੜੀ ਬੇਜ਼ੁਬਾਨਾਂ ਦੇ ਵਿੱਚ ਬਹੁਤ ਹੁੰਦੀ ਹੈ ਅਤੇ ਉਹਨਾਂ ਦੇ ਨਾਲ ਪਰਮਾਤਮਾ ਹੁੰਦਾ ਅਤੇ ਪਰਮਾਤਮਾ ਤੋਂ ਵੱਡੀ ਮੇਰੇ ਕੋਲ ਕੋਈ ਪਾਵਰ ਨਹੀਂ ਹੈਗੀ ਇਹ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਪਤਾ ਲੱਗੇਗਾ ਜੀ ਉਹਨਾਂ ਦਾ ਐਜੀਟੇਸ਼ਨ ਪ੍ਰੋਟੈਸਟ ਕਰਨਾ ਉਹਨਾਂ ਦਾ ਡੈਮੋਕਰੈਟਿਕ ਰਾਈਟ ਆ ਉਹ ਕਰਦੇ ਪਏ ਆ ਸਾਡੇ ਕੋਲ ਜੋ ਲਿਖਤੀ ਪੁੱਛਣਗੇ ਉੱਚ ਅਧਿਕਾਰੀਆਂ ਦੇ ਹੁਕਮਾਂ ਨਾਲ ਜੋ ਵੀ ਇਹਨਾਂ ਨੂੰ ਇਨਫੋਰਮੇਸ਼ਨ ਚਾਹੀਦੀ ਆ ਅਸੀਂ ਦੱਸਾਂਗੇ ਕੋਈ ਗੱਲ ਨਹੀਂ ਆਪਾਂ ਇਨਫੋਰਮੇਸ਼ਨ ਕੋਈ ਨਹੀਂ ਕੋਈ ਲੁਕੀ ਰਹਿੰਦੀ ਹੁੰਦੀ ਕਾਰਪੋਰੇਸ਼ਨ ਜੋ ਬੇਸਹਾਰਾ ਪਸ਼ੂ ਅਸੀਂ ਕਰਨ ਲਈ ਉਹ ਸਾਰੀ ਕਿਹਾ ਜਾ ਰਿਹਾ ਕਿ ਕਾਰਪੋਰੇਸ਼ਨ ਨੇ ਹਾਲੇ ਤਾਂ ਕੁਛ ਵੀ ਨਹੀਂ ਕੀਤਾ ਨਹੀਂ ਇਹ ਲਿਖਤੀ ਲਿਆਉਣ ਕੀ ਦੇਗਾ ਫਿਰ ਤਾਂ ਕਹਿਣ ਵੀ ਆ ਲਿਖਤੀ ਦਿੱਤਾ ਸੀ ਉੱਥੇ ਡੈਰੀ ਹੋਇਆ ਅਤੇ ਇਹਨਾਂ ਵੱਲੋਂ ਜਿਹੜਾ ਇਨਫੋਰਮੇਸ਼ਨ ਮੰਗੀ ਨਹੀਂ ਮਿਲੀ ਫਿਰ ਉਸ ਗੱਲ ਦਾ ਇਤਰਾਜ਼ ਕੀਤਾ ਜਾ ਸਕਦਾ ਲਿਖਤੀ ਦੇਣ ਉੱਚ ਅਧਿਕਾਰੀਆਂ ਨੂੰ ਮਿਲਣ ਜੋ ਇਹ ਸਵਾਲ ਕਰਨਗੇ ਉਹਦਾ ਜਵਾਬ ਮਿਲੇਗਾ ਅਗਲਾ ਕਦਮ ਕੀ ਚੁੱਕਿਆ ਜਾਏਗਾ ਬਹੁ ਸਾਇਸ ਦਾ ਫੰਡ ਉਹ ਕਹਿੰਦੇ ਨਿੱਕੇ ਨਿੱਕੇ ਪੈਸੇ ਦਾ ਹਿਸਾਬ ਉਹ ਇੱਕ ਸਾਡੀ ਬ੍ਰਾਂਚ ਹੁੰਦੀ ਕੌਣ ਬ੍ਰਾਂਚ ਹਰੇਕ ਡਿਪਾਰਟਮੈਂਟ 'ਚ ਹਰੇਕ ਵਿਭਾਗ 'ਚ ਹੁੰਦੀ ਆ ਜੇ ਨਿੱਕੇ ਨਿੱਕੇ ਪੈਸੇ ਦਾ ਹਿਸਾਬ ਚਾਹੀਦਾ ਤਾਂ ਉਹ ਵਿਭਾਗ ਨੂੰ ਕੋਈ ਲੈ ਕੇ ਦੇਵਾਂਗੇ ਨਾ ਕਿੰਨੇ ਪੈਸੇ ਅਤੇ ਮੇਰੀ ਸੁਣੋ ਗੱਲ ਉਹ ਕਹਿੰਦੇ ਪਏ ਆ ਕਿ ਕਿਹੜੇ ਅਕਾਊਂਟ ਕਿਹੜੀ ਆਈਟਮ 'ਚੋਂ ਕਿੰਨੇ ਪੈਸੇ ਇਕੱਠੇ ਹੋਏ ਆ ਅਸੀਂ ਕਹਿੰਦੇ ਵੀ ਉਹਦੀ ਡਿਟੇਲ ਤੁਸੀਂ ਕੱਲ੍ਹ ਆ ਜਾਓ ਦਫ਼ਤਰ ਦੇਣੇ ਆ ਸਾਡੇ ਕੋਲ ਆ ਜਾਓ ਜਿਹੜੀ ਬ੍ਰਾਂਚ ਸਾਡੀ ਅਕਾਊਂਟ ਬ੍ਰਾਂਚ ਡੀਲ ਕਰਦੀ ਪਈ ਆ ਉੱਥੇ ਹੀ ਦੱਸ ਦਾਂਗੇ ਕਿੰਨੇ ਪੈਸੇ ਆਏ ਇੱਥੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਅਤੇ ਲੋਕੀ ਕਹਿ ਰਹੇ ਕਿ ਸਾਨੂੰ ਕੋਈ ਵੀ ਇਨਸਾਫ ਨਹੀਂ ਦਿੱਤਾ ਜਾ ਰਿਹਾ ਬਲਕਿ ਕਿਹਾ ਜਾ ਰਿਹਾ ਕਿ ਸਰਕਾਰ ਨੇ ਹੀ ਸਾਰਾ ਪੈਸਾ ਖਾ ਲਿਆ ਜੋ ਕਿ ਗਊਸ਼ਾਲੇ ਵਾਸਤੇ ਦਿੱਤਾ ਗਿਆ ਸੀ ਹਾਲੇ ਤਾਂ ਕਿਹਾ ਜਾ ਰਿਹਾ ਕਿ 5 ਮੈਂਬਰੀ ਕਮੇਟੀ ਜੇਕਰ ਇਹ ਬਣਾ ਕਰ ਆਉਣਗੇ ਤਾਂ ਜੇਕਰ ਲਿਖਤੀ ਰੂਪ 'ਚ ਦੇਣਗੇ ਤਾਂ ਇਹਨਾਂ ਨੂੰ ਇਨਸਾਫ ਪ੍ਰੋਪਰ ਇਹਨਾਂ ਦੀ ਗੱਲਬਾਤ ਸੁਣੀ ਜਾਏਗੀ ਬਾਕੀ ਦੇਖਦੇ ਹਾਂ ਕਿ ਅਗਲਾ ਕਦਮ ਕੀ ਚੁੱਕਿਆ ਜਾਂਦਾ ਹੈ ਆਮ ਜਨਤਾ ਵੱਲੋਂ ਦੇਖਦੇ ਰਹੋ ਤੇਜ਼ ਪੰਜਾਬ ਨਿਊਜ਼